ਪੰਜਾਬ ਦੇ ਵਿੱਚ ਲਗਾਤਾਰ ਨੌਜਵਾਨਾਂ ਦੀ ਮੌਤ ਦੀ ਖਬਰ ਰੁਕਣ ਦਾ ਨਾਮ ਨਹੀਂ ਲੈਂਦੀ ਪਈ, ਪਰ ਜਦੋਂ ਇਹਨਾਂ ਖਬਰਾਂ ਦੇ ਵਿੱਚੋਂ ਕਈ ਅਜਿਹੇ ਵੱਡੇ ਖੁਲਾਸੇ ਸਾਹਮਣੇ ਆ ਜਾਣ ਤਾਂ ਸ਼ੱਕ ਜ਼ਰੂਰ ਬਣਦਾ ਏ। ਮਾਮਲਾ ਬੀਤੇ ਦਿਨੀ ਥਾਣਾ ਦੋਰਾਂਗਲਾ ਦੇ ਤਹਿਤ ਆਉਂਦੇ ਪਿੰਡ ਸੰਘੇਰ ਦਾ ਸਾਹਮਣੇ ਆਇਆ, ਜਿੱਥੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੀ ਜ਼ਹਿਰੀਲੀ ਦਵਾਈ ਨਿਕਲਣ ਕਾਰਨ ਮੌਤ ਦਾ ਗੱਲ ਦੱਸੀ ਗਈ, ਜਿਸ ਤੋਂ ਬਾਅਦ ਉਹਨਾਂ ਦੀ ਮਾਤਾ ਕੁਲਦੀਪ ਕੌਰ ਪਤਨੀ ਕਸ਼ਮੀਰ ਸਿੰਘ ਨੇ ਇਲਜ਼ਾਮ ਲਗਾਇਆ ਸੀ ਕਿ ਉਸਦੇ ਪੁੱਤਰ ਜਸ਼ਨਪ੍ਰੀਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸਦੇ ਮੂੰਹ ਦੇ ਵਿੱਚ ਜ਼ਹਿਰੀਲੀ ਦਵਾਈ ਪਾ ਦਿੱਤੀ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ਦੇ ਵਿੱਚ ਮ੍ਰਿਤਕ ਦੇ ਮਾਤਾ ਨੇ ਦੱਸਿਆ ਹੈ ਕਿ 2 ਜੂਨ ਨੂੰ 12:30 'ਤੇ ਦੁਪਹਿਰ ਨੂੰ ਮੇਰੇ ਲੜਕੇ ਦਾ ਫੋਨ ਮੈਨੂੰ ਆਇਆ ਅਤੇ ਉਸਨੇ ਦੱਸਿਆ ਸੀ ਕਿ ਦੋਸ਼ੀਆਂ ਨੇ ਉਸਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਧੱਕੇ ਨਾਲ ਜ਼ਹਿਰੀਲੀ ਦਵਾਈ ਰਾਊਂਡ ਅਪ ਪਿਆ ਦਿੱਤੀ ਹੈ, ਜਿਸ ਤੋਂ ਬਾਅਦ ਉਸਨੂੰ ਕੁੱਟਿਆ ਮਾਰਿਆ ਗਿਆ। ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਵੀ ਤਫਤੀਸ਼ ਕੀਤੀ ਜਾ ਰਹੀ ਹੈ, ਪਰ ਜੋ ਮ੍ਰਿਤਕ ਦੇ ਮਾਤਾ ਜੀ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਉਸਨੂੰ ਸੁਣ ਕੇ ਸਾਰੇ ਦੰਗ ਹੋਏ ਪਏ ਨੇ। ਪਿੰਡ ਸੰਗੋਰ ਮੇਰਾ ਬੇਟਾ ਜਸ਼ਨਪ੍ਰੀਤ, ਜੋ 4 ਮੁੰਡਿਆਂ ਨੇ ਇਹਨੂੰ ਦਵਾਈ ਪਿਆ ਕੇ 2 ਜੂਨ ਨੂੰ ਦਵਾਈ ਪਿਆਈ, 17 ਜੂਨ ਨੂੰ ਮੇਰੇ ਬੇਟੇ ਦੀ ਡੈਥ ਹੋਈ ਅੰਮ੍ਰਿਤਸਰ ਹੋਸਪਿਟਲ। ਮੈਂ DSP ਸਾਹਿਬ ਨੂੰ ਮਿਲੀ, SSP ਸਾਹਿਬ ਨੂੰ ਮਿਲੀ, ਦੀਨਾ ਨਗਰ DSP ਸਾਹਿਬ ਨੂੰ ਮਿਲੀ, ਇਹਨਾਂ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ, ਬਾਕੀ 3 ਮੁੰਡਿਆਂ ਨੂੰ ਨਹੀਂ ਫੜਿਆ। ਮੈਨੂੰ ਇਨਸਾਫ ਚਾਹੀਦਾ ਕਿ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਇੱਕ ਬੰਦਾ ਮੇਰੇ ਪਿੰਡ ਦਾ ਸਾਬਕਾ ਸਰਪੰਚ, ਜੋ ਵਾਰ ਵਾਰ ਧਮਕੀ ਦਿੰਦਾ ਦੋਸ਼ੀਆਂ ਨੂੰ ਭਜਾਉਣ ਵਿੱਚ, ਉਹਦਾ ਪੂਰਾ ਹੱਥ ਹੈ। ਉਹਨੂੰ ਵੀ ਇੱਕ ਦਿਨ ਪੁਲਿਸ ਨੇ ਫੜਿਆ, 18 ਜੂਨ ਨੂੰ, ਜਿਸ ਦਿਨ ਬੱਚੇ ਦਾ ਸੰਸਕਾਰ ਹੋਇਆ, ਉਸ ਤੋਂ ਬਾਅਦ ਉਹਨੂੰ ਵੀ ਛੱਡ ਦਿੱਤਾ ਪੁਲਿਸ ਨੇ, ਉਹਨੂੰ ਵੀ ਕੋਈ ਹੱਥ ਨਹੀਂ ਪਾਇਆ। ਮੈਨੂੰ ਇਨਸਾਫ ਚਾਹੀਦਾ ਕਿ ਮੇਰੇ ਬੱਚੇ ਦੇ ਦੋਸ਼ੀਆਂ ਨੂੰ ਫੜਿਆ ਜਾਵੇ। ਮੈਂ SSP ਸਾਹਿਬ ਨੂੰ ਮਿਲਣ ਆਈ ਹਾਂ, ਪਹਿਲੇ ਵੀ ਮਿਲ ਕੇ ਗਈ ਹਾਂ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਮੈਂ ਦੀਨਾਨਗਰ ਕਦੇ ਮੈਨੂੰ ਕਿਤੇ ਭੇਜ ਦਿੰਦੇ ਆ, ਕਦੇ ਕਿਤੇ ਭੇਜ ਦਿੰਦੇ ਆ, ਅਤੇ ਮੈਨੂੰ ਇਨਸਾਫ ਚਾਹੀਦਾ। ਮੈਂ SSP ਸਾਹਿਬ ਨੂੰ ਮਿਲਣ ਆਈ ਹਾਂ, ਖੜੀ ਆਪਣੀ ਜਾਨ ਦੇ ਦਾਂਗੀ, ਅੱਜ ਜੇ ਕੁਛ ਨਹੀਂ ਕਰਨਗੇ ਮੈਂ ਹੀ ਸੁਸਾਈਡ ਕਰ ਲਾਂਗੀ। ਸਾਰੇ ਪੁਲਿਸ ਵਾਲੇ ਗੁਰਨਾਮ ASI ਜਿਹੜਾ ਅੰਮ੍ਰਿਤਸਰ ਹੋਸਪਿਟਲ ਜਾ ਕੇ ਮੇਰੇ ਕੋਲੋਂ ਪੈਸੇ ਲੈ ਕੇ ਆਇਆ, ਬਿਆਨ ਲੈਣ ਗਿਆ, ਨਾਲ ਉਹਦੇ ਸੁਰਿੰਦਰਪਾਲ, ਦਵਿੰਦਰ ਸ਼ਰਮਾ SHO, ਜਿਹੜਾ ਮੈਨੂੰ ਕਹਿੰਦਾ ਕਿ ਬਹਿ ਕੇ ਪੈਸੇ ਦੀ ਲੈਣ ਦੇਣ ਦੀ ਗੱਲ ਕਰੋ, ਫਿਰ ਆਪਾਂ ਦੋਸ਼ੀਆਂ ਨੂੰ ਫੜਦੇ ਹਾਂ। ਮੇਰੇ ਕੋਲ ਪੈਸੇ ਦੇਣ ਲਈ ਹੈ ਨਹੀਂ, ਕਿਉਂਕਿ ਮੇਰਾ ਜਵਾਨ ਬੇਟਾ, ਮੈਨੂੰ ਮੰਗ ਚਾਹੀਦਾ, ਨਹੀਂ ਤਾਂ ਮੈਂ ਅੱਜ ਇੱਥੇ ਮੈਂ ਵੀ ਜਾਣ ਦੇ ਦਿੰਦੀ ਹਾਂ SSP ਸਾਹਿਬ ਦੇ ਸਿਰ ਚੱਕ ਕੇ।